ਸ਼ਿਕਾਰ ਵੈਲਕਮ ਬੈਕ ਟੂ ਆਰ ਚੈਨਲ ਸੋ ਗਾਇਸ ਤੁਸੀਂ ਦੇਖ ਰਹੇ ਹੋ ਦੀਪਜੋਤ ਚੈਨਲ ਤੇ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਰਿਐਕਸ਼ਨ ਵੀਡੀਓਜ਼ ਤੇ ਅੱਜ ਆਪਾਂ ਜਿਹੜਾ ਰਿਐਕਸ਼ਨ ਵੀਡੀਓ ਲੈ ਕੇ ਆਏ ਆ ਉਹ ਹੈ ਟਿਕਟੌਕ ਦੇ ਫਨੀ ਵੀਡੀਓਜ਼ ਅੱਜ ਜਿਹੜੀ ਵੀਡੀਓ ਅਸੀਂ ਲੈ ਕੇ ਹਾਜ਼ਰ ਹੋਏ ਆ ਉਹ ਵੀਡੀਓ ਆ ਨਾਸਿਰ ਮਦਨੀ ਜੀ ਦੇ ਉੱਪਰ ਜਿਹੜੀਆਂ ਟਿਕਟੌਕ ਬਣਦੀਆਂ ਨੇ ਉਹਨਾਂ ਦਾ ਇੱਕ ਹਾਂਜੀ ਉਹਨਾਂ ਦਾ ਇੱਕ ਜਿਹੜਾ ਕੰਬਾਈਨ ਵੀਡੀਓ ਆ ਤੇ ਬੜੀਆਂ ਫਨੀ ਫਨੀ ਜਿਹੜੀਆਂ ਉਹਦੇ ਵਿੱਚ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾਸਿਰ ਮਦਨੀ ਜੀ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਬਹੁਤ ਵਧੀਆ ਔਰ ਸਮਝਣ ਵਾਲੀ ਬੜੀਆਂ ਡੂੰਘੀਆਂ ਹੁੰਦੀਆਂ ਆ ਪਰ ਉਹਨੂੰ ਫਨੀ ਵੇ ਦੇ ਨਾਲ ਉਹ ਕਹਿ ਜਾਂਦੇ ਆ ਤੇ ਉਸੇ ਫਨੀ ਵੇ ਨੂੰ ਜਿਹੜਾ ਆ ਉਹ ਟਿਕਟੌਕ ਦੇ ਵਿੱਚ ਜਿਹੜਾ ਆ ਉਹ ਕਾਫੀ ਉਹਨੂੰ ਪਸੰਦ ਕੀਤਾ ਜਾਂਦਾ ਔਰ ਟਿਕਟੌਕ ਜਿਹੜਾ ਆ ਬਣਾਇਆ ਜਾਂਦਾ ਨਾਸਿਰ ਮਦਨੀ ਜੀ ਦੀਆਂ ਵੀਡੀਓਜ਼ ਦੇ ਉੱਪਰ ਕਲਿੱਪਸ ਦੇ ਉੱਪਰ ਤੇ ਉਹ ਵੀਡੀਓਜ਼ ਜਿਹੜੀਆਂ ਉਹਨਾਂ ਦੇ ਕੰਬਾਈਨ ਅਸੀਂ ਲੈ ਕੇ ਹਾਜ਼ਰ ਹੋਏ ਆ ਤੇ ਕਰਦੇ ਆ ਵੀਡੀਓ ਸਟਾਰਟ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਇਸ ਚੈਨਲ ਦੇ ਉੱਪਰ ਵਧੀਆ ਵਧੀਆ ਵੀਡੀਓਜ਼ ਬੜੀਆਂ ਇਨਫੋਰਮੇਟਿਵ ਔਰ ਬੜੀਆਂ ਐਂਟਰਟੇਨਿੰਗ ਵੀਡੀਓਜ਼ ਲੈ ਕੇ ਜਿਹੜੇ ਉਹਨਾਂ ਦੇ ਉੱਪਰ ਰਿਐਕਸ਼ਨ ਬਣਾਉਂਦੇ ਹਾਂ ਤੇ ਉਹ ਰਿਐਕਸ਼ਨ ਵੇਖਣ ਲਈ ਸਾਡਾ ਜਿਹੜਾ ਚੈਨਲ ਆ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਵੀਡੀਓ ਪਸੰਦ ਆਵੇ ਤੇ ਲਾਈਕ ਜ਼ਰੂਰ ਕਰ ਦਿਓ ਨਾਲੋ ਨਾਲ ਹੀ ਲਾਈਕ ਕਰ ਦਿਓ ਤੇ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਹਾਂ ਵੀਡੀਓ ਸਟਾਰਟ ਨਾਸਿਰ ਮਦਨੀ ਜੀ ਦੇ ਟਿਕਟੌਕ ਫਨੀ ਪੰਜਾਬੀ ਟਿਕਟੌਕ ਸਬਸਕ੍ਰਾਈਬ ਕਰ ਦੋ ਹਾਂਜੀ ਬੈਲ ਆਈਕਨ ਵੀ ਬੈਲ ਆਈਕਨ ਵੀ ਬੇਟਾ ਬੈਠ ਜੋ ਪੁੱਤਰੋ ਬੈਠ ਜੋ ਇੱਕ ਤੇ ਸਾਡੇ ਜਿਹੜੇ ਬਾਲ ਨੇ ਨਾ ਇਹਨਾਂ ਨੂੰ ਪਤਾ ਨਹੀਂ ਕਿਹੜੀ ਮਿੱਟੀ ਲੱਗੀ ਚੁੱਪ ਕਰਕੇ ਪੁੱਤਰ ਤੁਸੀਂ ਬੈਠੇ ਤੁਹਾਨੂੰ ਮੌਲਵੀ ਡੱਕਦੇ ਨਹੀਂ ਨਾ ਅਸਲ 'ਚ ਤੁਹਾਡਾ ਮਾਹੌਲ ਨਹੀਂ ਬਣਿਆ ਮੌਲਵੀ ਆਪਣੀ ਤਕਰੀਰ ਕਰਦੇ ਰਹਿੰਦੇ ਤੁਸੀਂ ਆਪਣੀ ਕਰਦੇ ਰਹਿੰਦੇ ਅੱਲਾ ਤੁਹਾਡੀ ਉਮਰ 'ਚ ਬਰਕਤ ਫਰਮਾਏ ਨਾਨ ਗੋਸ਼ਤ ਖਾਦਾ ਜੇ ਇਹ ਤੇ ਸਵੇਰੇ ਪਤਾ ਲੱਗੇਗਾ ਨਾਨ ਦੀਆਂ ਬਰਕਤਾਂ ਕਿੰਨੀਆਂ ਨੇ ਲਾਹੌਰ ਤੁਰ ਜਾਣ ਅਗਲੀ ਨੇ ਵੜਨ ਨਹੀਂ ਦੇਣਾ ਕਿਹਾ ਤੇ ਮਾਂ ਮਰੀ ਜਾਂਦੇ ਨੇ ਮੇਰੀ ਸੁੱਧ ਬੁੱਧ ਸਮਝਦੀ ਉਹ ਬੋਲੋ ਤੇ ਸਹੀ ਆ ਇਹ ਮੇਰੀ ਸੁੱਧ ਬੁੱਧ ਨਹੀਂ ਕੰਮ ਕਰਦੀ ਮੈਂ ਕਿਹਾ ਬਾਬਾ ਮੈਂ ਤੇਰੀ ਦਾਵਤ ਕਰਾਂ ਇਹ ਕਰੋ ਜੀ ਮੌਲੀਆਂ ਕਰੋ ਖਾਣਾ ਸੁਹਾਵ ਮੈਂ ਠੀਕ ਹੈ ਮੈਂ ਕਿਹਾ ਵੀ ਬਾਬਾ ਮੈਂ ਤੇਰੀ ਦਾਵਤ ਕਰਨਾ ਹੈ ਤੇ ਇੱਕ ਥਾਲੀ 'ਚ ਮੈਂ ਪਾਉਂਦਾ ਵਾਂ ਸਾਗ ਹਰੀਆਂ ਮਿਰਚਾਂ ਦਾ ਤੜਕਾ ਲਾ ਕੇ ਥੋਮ ਪਾ ਕੇ ਉੱਤੇ ਮੱਖਣੀ ਪਾ ਕੇ ਥਾਲੀ 'ਚ ਰੱਖਾਂ ਵਿੱਚੋਂ ਧੂੰਆਂ ਭਿਆਨ ਨਿਕਲੇ ਤੇ ਬਾਬਾ ਕੋਈ ਮੱਝ ਤਾਜ਼ਾ ਫੋਸ ਕਰੇ ਇੱਕ ਥਾਲੀ 'ਚ ਮੈਂ ਉਹ ਪਾਵਾਂ ਵਿੱਚੋਂ ਧੂੰਆਂ ਨਿਕਲਦਾ ਹੋਵੇ ਤੂੰ ਕਿਹੜੀ ਥਾਲੀ ਫੜੇ ਐ ਮੈਂ ਅੰਨਾ ਐ ਮੈਂ ਸਾਗ ਵਾਲੀ ਫੜਾਂ ਮੈਂ ਤੇਰੀ ਸੁੱਧ ਬੁੱਧ ਤੇ ਕੰਮ ਕਰਦੀ ਬੋਲੋ ਤੇ ਸਹੀ ਮੁੰਡਾ ਹੋਵੇ ਨਾ ਤੇ ਪੁੱਛਦੇ ਨੇ ਜਾਨੂ ਆਪਕੇ ਲਈ ਕਿਆ ਲੈ ਕਰ ਕਿਆ ਖਾਓਗੇ ਕੈਸੀ ਹੋ ਠੀਕ ਹੋ ਮੈਨੇ ਆਪਕੇ ਲਈ ਛੁੱਟੀ ਕਰ ਲਈ ਕੱਲਾ ਜਾਣਦਾ ਜੇ ਕੁੜੀ ਹੋਵੇ ਨਾ ਮੇਰਾ ਦਿਲ ਨਹੀਂ ਕਰਦਾ ਅੰਦਰ ਜਾਣੇ ਕੋ ਮੇਰੇ ਦਿਲ ਮੇ ਵੈਸ ਪਰੇਸ਼ਾਨੀ ਨੇ ਇੱਕ ਤਕਰੀਰ ਹੁੰਦੀ ਹੈ ਸਾਰੇ ਮੋਬਾਈਲ 'ਚ ਸ਼ੇਅਰ ਕਰੀ ਆਉਂਦੇ ਨੇ ਉਹ ਮੈਨੂੰ ਤੇ ਉਹ ਵੀ ਸੁਣਦੀਆਂ ਜਿਹੜੀਆਂ ਕੰਜਰੀਆਂ ਨੇ ਕਦੀ ਮੌਲਵੀ ਸੁਣੇ ਹੀ ਨਹੀਂ ਸੀ ਅੱਲਾ ਜਾਣਦਾ ਜਿੰਨਾ ਕਦੀ ਮੌਲਵੀ ਨਹੀਂ ਸੁਣੇ ਟਿਕਟੌਕ ਤੇ ਉਹ ਵੀ ਸੁਣਦੀਆਂ ਜਿਹਦੇ ਘਰ ਹਯਾ ਨਹੀਂ ਉਹਦੇ ਘਰ ਚ ਦੀਨੇ ਮੁਹੰਮਦ ਦੇ ਪੁੱਤਰੋ ਫਿਰ ਤੁਸੀਂ ਉੱਤੇ ਚੜ ਗਏ ਜੇ ਇੱਕ ਲਾ ਕੇ ਲਿਆ ਥੱਲੇ ਉੱਚੀ ਚ ਰੱਖੀ ਜਰਾ ਮੈਨੂੰ ਵਾਹ ਚੱਲ ਬੇਦਹਿ ਥੱਲੇ ਆ ਜਾ ਤੂੰ ਅਦੇ ਉੱਚੀ ਕਿਹਨੇ ਦਿੱਤੀ ਸੀ ਮੈਂ ਜਿੰਨਾ ਚਿਕਰ ਤੈਨੂੰ ਗੋਹੇ ਤੇ ਸਾਗ ਦਾ ਗਵੇੜ ਹੈਗਾ ਹੈ ਤੇਰੀ ਸੁੱਧ ਬੁੱਤ ਆਂਦਾ ਮੈਨੂੰ ਵਸਾ ਕੇ ਮਾਰਿਆ ਤੂੰ ਸਿਰਫ ਇਹਨਾਂ ਕੰਮਾਂ ਲਈ ਸੁੱਧ ਬੁੱਧ ਕੰਮ ਜਾਂਦੀ ਗੁਥਲੀ ਵਾਰੀ ਸੁੱਧ ਬੁੱਧ ਕੈਮ ਹੈ ਕੁੜੀਆਂ ਦੇ ਹਿੱਸੇ ਮੁੰਡਿਆਂ ਦੇ ਨਾਂ ਲਾਉਣ ਵਾਰੀ ਤੇਰੀ ਸੁੱਧ ਬੁੱਧ ਕੈਮ ਹੈ ਨਹੀਂ ਸੁੱਧ ਬੁੱਤ ਸਿਰਫ ਨਮਾਜ਼ ਵਾਰੀ ਸੁੱਧ ਬੁੱਧ ਆ ਤੁਸੀਂ ਵੇਖ ਲਓ ਕਈ ਬਾਬੇ ਅੱਡੇ ਅੰਤਰੇ ਨੇ ਇਹਨਾਂ ਇਜ਼ਰਾਈਲ ਨੂੰ ਵੀ ਕਹਿਣਾ ਖਲੋਈ ਜਰਾ ਮੈਨੂੰ ਹੁੱਕੇ ਦੀ ਵਾਰੀ ਲਾ ਲੈ ਹੁੱਕੇ ਦੀ ਜਾਨ ਨਹੀਂ ਛੱਡਦੇ ਇਹਤੇ ਅੰਤਰੇ ਦਾ ਵਸ ਨਹੀਂ ਚੱਲਦਾ ਮਸੀਤੇ ਵੀ ਨਾਲ ਹੀ ਲੈ ਕੇ ਜਾਣ ਆ ਕਈ ਰੱਖ ਲੈਣੇ ਨਾਲ ਨਾ ਮੈਨੂੰ ਇੱਕ ਮੁੰਡੇ ਦਾ ਅਗਲੇ ਦਿਨ ਫੋਨ ਆਇਆ ਕਹਿੰਦਾ ਮੌਲੀ ਸਾਹਿਬ ਮੇਰਾ ਵਿਆਹ ਹੋਇਆ ਨਵਾਂ ਮੈਂ ਕਿਹਾ ਅੱਲਾ ਮੁਬਾਰਕ ਕਰੇ ਅੱਲਾ ਤੈਨੂੰ ਪੁੱਤਰ ਦੇਵੇ ਕਹਿੰਦਾ ਮੇਰਾ ਆਪਣੀ ਬੇਗਮ ਕੋਲ ਬਹਿ ਕੇ ਨਾ ਗੱਲਾਂ ਕਰਨ ਨੂੰ ਜੀ ਨਹੀਂ ਕਰਦਾ ਤੇ ਮੈਂ ਕਿਹਾ ਤੂੰ ਪੈਕੇਜ ਪਹਿਲਾਂ ਖਤਮ ਕਰ ਲਿਆ ਆਪਕੀ ਖਾਤਰ ਕੁਛ ਵੀ ਕਰ ਸਕਦਾ ਹਾਂ ਚੂਹੇ ਮਾਰ ਗੋਲੀ ਖਾ ਸਕਦਾ ਹਾਂ ਚੀਚਰ ਵਾਲੀ ਨਹਿਰ ਮੈਂ ਡੂਬ ਸਕਦਾ ਹਾਂ ਗੋਲੀ ਖਾ ਸਕਦਾ ਹਾਂ ਉਹ ਕਹਿੰਦੀ ਮਰ ਜਾ ਮੈਨੂੰ ਹੋਰ ਬਥੇਰੇ ਇਹ ਲੌਂਗਲਾਚੀ ਬਣੇ ਫਿਰਦੇ ਇਹ ਟੱਚ ਮੋਬਾਈਲ ਏਡੀ ਕਰਾਮਤ ਵਾਲਾ ਜਿਹਨੂੰ ਅਲਫ ਬੇ ਨਹੀਂ ਆਉਂਦੀ ਉਹ ਵੀ ਫੇਸਬੁੱਕ ਚਲਾਈ ਆਉਂਦਾ ਹੈ
हुण ते कई लैटरीन चला जांदा मोबाइल लैके बैठे हुंदे ने, उधरों जोर लाई हुंदे ने, उधरों भी लाई हुंदे ने। मैं एक जगह ते ना मुल्तान रोड ते सफर पिया करा, मैं कह चल नमाज पढ़ लिए, वो मस्जिद की लैटरीन चो ना धुआं पिया निकले, मैं रौला पाता लोग मस्जिद अग लग गई, नमाज तोड़ दी मौलवी ने, सारे ही तोड़ दी। हुक्म भी है वा भी जान बचाने वास्ते नमाज तोड़नी चाहिए। वो जो उठे ना तो भजया लैटरीन बूहा खोलिया बच्चे बाबा के तो धुआं पे छे, मैं क्या त्रै एक ही मैं झाड़ा नहीं आता जाता। अगे बाप घर आना तिया सिर कजने दबट्टे लैने, हुण बाप नाल बह के नाले टीवी वेंदा नाले सिगरट पींदा, इहदा चैनल बदली, इहदा चैनल बदली। मैं कपड़ा दवो यार मेरे पैरां ते मच्छर मैनू बड़ा लड़ रहे हैं, कोई रुमाल दवो रले। मौलवियां कोल गई चीज पिछा कदी मुड़ी नहीं। चादर दे तगड़ा जवाई आवे, तिक्का बोटी, मलाई बोटी, शवारमा, बर्गर, पिज्जा, कैचअप, बोलो दे सही। अगे किनिया डिशा नवे जवाई अगे ते पुराना जिवे जिवे हुंदा जाऊ ना ते गल गोभी दी मुकड़ी। अल्लाह माफ करे काली साहब, इन्होंने शेर बना लिया है, हुक्का पीना तो नफले सवाब, ना भुख दा अज़ाब, ना कबरा अज़ाब, ना कोई कवज लवे, मैं तो रहा ना इन्हें कितों दी इस घर ली। ऐ बाबे आंदे ने हुक्का पीना तो नफले सवाब है, है कबर का अजाब नहीं मिलता ये बल्ले, तो ताड़ी नड़ी मूँह च कट के तुसे कबर च तोनी ना आई है भी ताड़ी कबर च बांग ही ना उस अजाब ही ना होवे। आंदे जी जे भी जिहड़ा हुक्का पीता कबर का अजाब हुंदा ही नहीं। हुण आटा गुन्नण वालियां मशीनां आ गईआं, रोटी पकाने वालियां आ गईआं, ते बुढ़िया दे वजन तीन मन ना होण ते होर की हो नहीं। सच्ची गल, पहले बीबियां काम करदियां सन, होंदी लड़की होंदी ते कहंदी एक्सक्यूज मी आपका नाम क्या, आपके पापा का नाम क्या, आपकी सिम कौन सी है, कौन सा नेट यूज करते हैं, कहाँ रहते हैं, आपकी आईडी का क्या है मसला, किधर रहते हैं, मैंने आपको कहीं देखा है, किधर मिलेंगे, जफरवाल के चौक में जो शैल का पंप है ना तुम इधर कर। या बीबियां होती जानो कॉल बैग स्वेटर होंदी जायज नाले उन्ने सुखाने, हुण मावा कॉल बैग फेसबुक चलाउंदियां नाल तियां चलाउंदियां नाल पुत्र चलाउंदे ने, उहना चिर भावें दुध उबल जावे उह मंजूर है, पर खलोई खलोई जरा मैं मैसेज पढ़ लवां। चंगी मुठ भर के ऐ लड़ेगा, मैं उन्हें केड़ा तेन तवाफ का क्या वा भी तवाफ कर ला, कहती गुनाह नहीं, मैं वह नमाज छड़ा के गुनाह नहीं गा, ते तेनू ओ मिर्जा पाना गुनाह मिल जाएगा, गां तेन आखेगा ही, बोलो तो सही है। एक खोती रेड़ी जा रही सी, मैं तकरीर करके जा रहा सा, तो ओदे उत्ते लिखिया तेरे मगर रोलते गए पर चस बड़ी, मैं गड्डी खड़ारी, मैं गल सुन, कहंदा जी मौली साहब, मैं तू रुलना की है, तू रेड़ी तो बैठा, तू रब्बा ही रुलिया है। औलाद जवान होवे ना ते रिश्ता करन लग्या, बेटी बेटे नूं भी पुछ लैना चाहिए, मुड़के ओ ना होवे मुंडा चूहे मर गोलियां खा ले, नहीं सही गल। शरीयत ने कहा है औलाद नूं पुछ लो, हुण बड़े बिल्कुल बोले ने, हुण ते भाई इत्थों जुमा पढ़ के निकलीए ना, जुमा पढ़ के निकलीए, इत्थों ते हजार दा नोट पिया होवे ना उत्ते पैर रख लैंदे, तेनू की होया, मेरा पैर सौं गया, नहीं पता ईमान सौं गया, मैं कहा गां तेनू आखेगा ही नहीं हले। मैं कसमे बाबिआं नूं तन्ना है कि बुढ़ा वारा जे आ, कई बाबे बुढ़े वारे भी काली करन दै बैठे होंदे, कलफ लाउंदे मेहंदी बना के, कलफ वेखी जी करी देखी है ना, कई बुढ़े वारे भी पप्पू बन बन बहिंदे ने, काले वाल जा बगे होए मौत सनेहा आया, उठ कर फिकर कबर दा बाई क्यों दिल खेड़ी लाया, कालिया तो जो चिट्टे आन लपन तो समझ बुलावा आ गया है, बार दिन मुकन वाले ते हौली हौली। मैं तुहानूं कहिंदा जे कि मुंडा 15 साल दा होवे ते निकाह पढ़ाउण लग पओ, कोई 20 साल ओह वी हंडा लवे, तुसीं 35 च विआह करदे 5वें साल पुगिया हुंदा है। मैं सही कहिंदा, सारा दिन बच्चे मां दा दिमाग खांदे ते इह घड़ी दी घड़ी आउंदा ते फिर बाहर तुर पैंदा,
तो बुढ़िया सारा दिन बेचारियां दीवारा वेंदियां वे किधरों सिर दा साई है वो आन के मोबाइल ते लगदा फिर उन्हें लड़ना नहीं तो सूरत यासीन पढ़नी बहुत ज्यादा जिदा हुण आपां कई वारी देखीदा कि कॉमेडी जिहड़ी आ उह सुनी नहीं जांदी है ना कई कई कॉमेडियन इहो जिहे आ जिहड़ा मतलब इन्नी बकवास करदे आ कि उह आपां परिवारां दे विच बहि के सुण ही नहीं सकदे ते जे आपां एक अकल वाली कॉमेडी की गल करिए है ना जिदे चो सानू अकल मिले जो सानू समझ मिले तो वह जी कॉमेडी जिहड़ी आ वह भी बहुत ज़्यादा जरूरी होंदी मेरे ख्याल दे विच ते हर एक कॉमेडियन नू ये चीज़ां जिहड़ियां वह करनियां चाहीदियां ने क्योंकि आपां एक मौलवी ने है ना एक मौलवी ने एक धार्मिक आगू ने जदों ये जिम्मा चुके आया कई लोग उन्हां नू कहणगे कि लै ये कॉमेडियन बणदा आ ये फलाण आ ढींग आ पर नहीं वीर मेरे जिहड़े समझ आ ना वह समझ हसद्या मिल जाए तो बड़ी वधिया आउंदी आ नहीं तो जिहड़े जिंदगी आ जिहड़ी कुदरत आ वह बड़े रवार वा के गल दिंदी आ ते उहदे नालों हसिया अकल लई जिहड़ी आ वह बहुत वधिया आउंदी आ। सो गाइज ये सीगी वीडियो और सानू बहुत मजा आया वीडियो देख के तो बहुत कुछ सीखने भी मिलिया है ना इहदे विच हसद्या हसद्या बड़ियां चीज़ां भी सानू पता लगियां ते सो फ्रेंड्स अगर तुहानू वीडियो पसंद आउंदी तां लाइक जरूर करिया करो अगर तुसीं साडे चैनल ते नए हो तां चैनल नूं सबसक्राइब जरूर करिओ मिलदे आपां किसे होर वीडियो विच तद तक सत श्री अकाल एंड बाय बाय।